You are watching Channel Y. Channel Y, a South Asian Canadian channel. ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਵਿੱਚ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਕਰਤਾਰਪੁਰ ਲਾਂਘੇ ਨੂੰ ਲੈ ਕੇ ਵੱਡਾ ਬਿਆਨ ਦਿੰਦੇ ਹੋਏ ਕਿਹਾ ਕਿ ਇਸ ਲਾਂਘੇ ਲਈ ਵੀਜ਼ੇ ਨੂੰ ਮੁੱਦਾ ਨਹੀਂ ਬਣਾਇਆ ਜਾਣਾ ਚਾਹੀਦਾ। ਉਹਨਾਂ ਕਿਹਾ ਕਿ ਜੇਕਰ ਇਸ ਦੇ ਲਈ ਵੀਜ਼ੇ ਦੀ ਹੀ ਲੋੜ ਹੈ ਤਾਂ ਫਿਰ ਤਾਂ ਲੋਕ ਵਾਹਗਾ ਬਾਰਡਰ ਰਾਹੀਂ ਵੀ ਪਾਕਿਸਤਾਨ ਜਾ ਸਕਦੇ ਨੇ। ਉਹਨਾਂ ਕਿਹਾ ਕਿ ਸ਼ਰਧਾਲੂਆਂ ਨੂੰ ਲਾਂਘੇ ਵਿੱਚੋਂ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ ਅਤੇ ਸ਼ਰਧਾਲੂਆਂ ਨੂੰ ਪਾਸਪੋਰਟ ਤੋਂ ਵੀ ਛੋਟ ਹੋਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਇਸ ਦੇ ਲਈ ਆਧਾਰ ਕਾਰਡ ਜਾਂ ਕੋਈ ਹੋਰ ਪਛਾਣ ਪੱਤਰ ਨੂੰ ਦਿਖਾਉਣਾ ਲਾਜ਼ਮੀ ਬਣਾਇਆ ਜਾ ਸਕਦਾ ਹੈ। ਕੈਪਟਨ ਨੇ ਕਿਹਾ ਕਿ ਉਹਨਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਕਰਤਾਰਪੁਰ ਲਾਂਘੇ ਦੀ ਗੱਲ ਅੱਗੇ ਵਧੀ ਹੈ। ਇਸ ਦੇ ਨਾਲ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਤਲੁਜ ਯਮੁਨਾ ਲਿੰਕ ਤੇ ਬਿਆਨ ਦਿੰਦਿਆਂ ਕਿਹਾ ਕਿ ਪੰਜਾਬ ਦਾ ਪਾਣੀ ਪੰਜਾਬ ਵਿੱਚ ਹੀ ਰਹਿਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਅਸੀਂ ਕਿਸੇ ਦਾ ਪਾਣੀ ਰੋਕਣਾ ਨਹੀਂ ਚਾਹੁੰਦੇ। ਉਹਨਾਂ ਕਿਹਾ ਕਿ ਹਰਿਆਣਾ ਨੂੰ ਪੰਜਾਬ ਤੋਂ ਜ਼ਿਆਦਾ ਪਾਣੀ ਮਿਲ ਰਿਹਾ ਅਤੇ ਪਾਣੀਆਂ ਦੀ ਇਹ ਲੜਾਈ ਬਹੁਤ ਲੰਮੇ ਸਮੇਂ ਤੋਂ ਚੱਲਦੀ ਆ ਰਹੀ ਹੈ। ਇਸ ਦੇ ਨਾਲ ਹੀ ਮੁੱਖ ਮੰਤਰੀ ਪੰਜਾਬ ਨੇ ਕਿਹਾ ਕਿ ਅਕਾਲੀਆਂ ਨੇ ਬਜਟ ਪੇਸ਼ ਕਰਨ ਵਾਲੇ ਦਿਨ ਤਾਂ ਰੌਲਾ ਪਾਇਆ ਕਿਉਂਕਿ ਉਹਨਾਂ ਦਾ ਮਕਸਦ ਬਜਟ ਵਿੱਚ ਰੁਕਾਵਟ ਪਾਉਣਾ ਸੀ। ਉਹਨਾਂ ਕਿਹਾ ਕਿ ਅਕਾਲੀ ਹੁਣ ਲੋਕਾਂ ਨੂੰ ਗੁੰਮਰਾਹ ਕਰਨਾ ਬੰਦ ਕਰ ਦੇਣ ਅਤੇ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਮਝਣ। ਸਦਨ ਵਿੱਚ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਗੈਰ ਹਾਜ਼ਰੀ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂ ਤੇ ਵੀ ਤੰਜ ਕਸੇ ਅਤੇ ਕਿਹਾ ਕਿ ਨਸ਼ੇ ਦੇ ਕਾਰੋਬਾਰ ਵਿੱਚ ਸ਼ਾਮਿਲ ਹੁਣ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ ਅਤੇ ਕਾਂਗਰਸ ਦੀ ਸਖ਼ਤੀ ਨਾਲ ਹੀ ਪੰਜਾਬ ਵਿੱਚ ਨਸ਼ਾ ਮਹਿੰਗਾ ਹੋਇਆ। ਬੇਅਦਬੀ ਮਾਮਲਿਆਂ ਤੇ ਬੋਲਦਿਆਂ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦਾ ਹਵਾਲਾ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਬੇਅਦਬੀਆਂ ਦਾ ਮਾਮਲਾ ਤਾਂ ਹੁਣ ਉੱਪਰ ਤੱਕ ਜਾਵੇਗਾ। ਉਸ ਦੇ ਨਾਲ ਹੀ ਦਿਨੋ ਦਿਨ ਵੱਧ ਰਹੇ ਪ੍ਰਦੂਸ਼ਣ ਦੇ ਮਾਮਲੇ ਤੇ ਬੋਲਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪ੍ਰਦੂਸ਼ਣ ਲਈ ਸਿਰਫ ਪੰਜਾਬ ਨੂੰ ਹੀ ਜ਼ਿੰਮੇਵਾਰ ਠਹਿਰਾਉਣਾ ਸਹੀ ਨਹੀਂ ਹੈ। ਆਪੋਜੀਸ਼ਨ ਸਾਰੀ ਉਹਦੇ ਵਿੱਚ ਨੇ, ਜਿਹੜੀ ਕੋਈ ਗੱਲ ਰਹਿ ਗਈ ਉਹ ਬਜਟ ਦੇ ਵਿੱਚ ਹੈ ਸਰ, ਉੱਥੋਂ ਕੱਢ ਲਓ। ਤੁਸੀਂ ਇੱਥੇ ਗਲਤ ਗੱਲਾਂ ਕਰਨੀਆਂ, ਐਸੇ ਗੁੰਮਰਾਹ ਕਰਨਾ ਲੋਕਾਂ ਨੂੰ, ਇਹਦਾ ਫਾਇਦਾ ਕੀ ਹੈ ਦੱਸੋ? ਠੀਕ ਹੈ, ਪੂਰਾ ਪੰਜਾਬ ਨਹੀਂ ਪੜ੍ਹ ਰਿਹਾ ਉਸ ਬਜਟ ਨੂੰ। ਪੂਰਾ ਪੰਜਾਬ ਨੇ ਗਵਰਨਰ ਦੀ ਸਪੀਚ ਕੁਛ ਕਈਆਂ ਨੇ ਸੁਣੀ ਹੋਣੀ ਹੈ, ਕਈਆਂ ਨੇ ਨਹੀਂ ਸੁਣੀ, ਲੇਕਿਨ ਜੋ ਅਸਲੀਅਤ ਹੈ ਉਹ ਤਾਂ ਦੱਸੋ ਪੰਜਾਬ ਨੂੰ ਕਿ ਅਸਲੀਅਤ ਕੀ ਹੈ। ਇਹ ਕਹਿਣਾ ਕਿ ਇਹ ਝੂਠ ਦਾ ਪਲੰਦਾ ਹੈ, ਇਹ ਸਭ ਕੁਝ, ਦਿਸ ਇਜ਼ ਆਲ ਰਬਿਸ਼, ਟੋਟਲ ਰਬਿਸ਼। ਐਂਡ ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਇਹ ਆਪਣੀ ਜ਼ਿੰਮੇਵਾਰੀ ਨਹੀਂ ਸਮਝਦੇ। ਜ਼ਿੰਮੇਵਾਰੀ ਹੋਣੀ ਚਾਹੀਦੀ ਹੈ ਹਰ MLA ਦੀ, ਹਰ MP ਦੀ, ਹਰ ਸਾਡੇ ਜਿਹੜੇ ਮਿਨਿਸਟਰ ਨੇ ਉਹਨਾਂ ਦੀ, ਕਿ ਅਸਲੀਅਤ ਦੱਸਣ। ਇੱਥੇ ਸਾਡੇ ਮਿਨਿਸਟਰ ਕੁਛ ਕਹਿਣ ਲੱਗ ਗਏ, ਉਹਦਾ ਤੁਸੀਂ ਔਨ ਦਾ ਫਲੋਰ ਆਫ ਦਾ ਹਾਊਸ ਹੀ ਇਜ਼ ਸੇਇੰਗ ਇਟ, ਆਰ ਮਿਨਿਸਟਰ ਆਫ ਹਾਊਸਿੰਗ, ਪਰ ਤੁਸੀਂ ਫਿਰ ਉਹ ਗੱਲ ਵੀ ਨਹੀਂ ਆਪਣਾ ਆਉਂਦੇ ਇਸ ਨੂੰ। ਸੋ ਮੈਂ ਕਹਿਣਾ ਚਾਹੁੰਦਾ ਇਹਨਾਂ ਨੂੰ ਕਿ ਇਹ ਜਿਹੜਾ ਸਦਨ ਹੈ, ਇੱਕ ਸੀਕ੍ਰੇਟ ਸਦਨ ਹੈ ਜਿਹਦੇ ਵਿੱਚ ਅਸਲੀਅਤ ਦੱਸੋ, ਬਹਿਸ ਕਰੋ, ਪੰਜਾਬ ਨੂੰ ਦੇਖਣ ਦਿਓ, ਆਪੇ ਪੰਜਾਬੀ ਫੈਸਲਾ ਕਰ ਲੈਣਗੇ ਕਿ ਕੌਣ ਸਹੀ ਹੈ ਕੌਣ ਨਹੀਂ ਸਹੀ। You are watching Channel Y, a South Asian Canadian channel.